ਬੁੱਛਾਂ ਬੀਬੀ ਨੂੰ ਕੋਈ ਪਾਗਲ ਬਣਾ ਦੇਵੇ, ਲੇਕਿਨ ਐਸਾ ਜੋ ਮਾਝਾ ਜਿਹੜਾ ਸਾਡਾ, ਇਹਦੀ ਗੱਲ ਕੀ ਸੀ? ਹੁਣ ਬੁੱਟੇ ਨੂੰ ਮੂੰਹ ਲਾਣਾ ਪੈਣਾ, ਬੁੱਟੇ ਬੁੱਟੇ ਚੋਰ, ਹੁਣ ਨੀ ਬੁੱਟਾ ਆਉਂਦਾ, ਹੁਣ ਬੁੱਟੇ ਨੇ 500 ਲੈਣਾ 500, ਐਵੇਂ ਨੀ ਬੁੱਟਾ ਗੱਲ ਦੱਸਦਾ। ਤੁਹਾਡਾ ਮੁੰਡਾ ਕਰੋੜਾਂਪਤੀ ਆ, ਉਹਦੀ ਗੱਲ ਮੈਂ ਸੁਣੀ ਆ, ਸੁਣੀ ਆਪਣੀ ਅੱਖਾਂ ਵੇਖਿਆ ਉਹਨੂੰ, ਕੰਦੇ ਅੰਡੇ ਤੋਂ ਬਗੈਰ ਗੁਜ਼ਾਰਾ ਨਹੀਂ। ਵੀ ਬੂਟੇ ਗੱਲ ਸੁਣ, ਮਰਜ਼ਾ ਨੇ ਲੈ ਲਈ 500 ਰੁਪਈਆ, ਇੱਥੇ ਬਹਿ ਥੱਲੇ ਬਹਿ ਥੱਲੇ ਬਹਿ ਬੂਟੇ, ਇੱਕ ਜਿਹਦੀ ਨੋਗੇ ਨਾ ਤਰੀ ਪਿੱਛੋ। ਓਏ ਬੂਟਾ ਨਹੀਂ ਨਾ ਆਂਦਾ ਠੰਡ 'ਚ, ਬੂਟੇ ਨੇ ਕੁਲਫੀ ਬਣ ਜਾਣੀ ਏ। ਦੇ ਉਹ ਸਾਜਨ ਦੀ ਗੱਲ ਤਾਂ ਦੱਸ, ਕੀ ਰੌਲਾ ਸੀ? ਬੂਟੇ ਨੂੰ 500 ਦਾ ਨੋਟ ਲਾਓ। ਬੂਟੇ ਤੂੰ ਮੈਨੂੰ, ਤੈਨੂੰ ਪਤਾ ਲੱਗ ਜਾਣਾ ਮੇਰੇ ਕੋਲ ਪੈਸੇ ਹੈਗੇ ਨੇ, ਤੇਰੇ ਨਾਲ ਹੀ ਰਾਣਾ ਟਪਕਣ ਲੱਗ ਪੈਂਦੀਆਂ, ਕਦੀ ਉਂਝ ਵੀ ਗੱਲ ਕਰ ਜਾਇਆ ਕਰ। ਦੱਸ ਦੱਸ ਮਿੰਟ ਫਿਰ। ਬੂਟਾ ਪੈਸਿਆਂ ਬਗੈਰ ਗੱਲ ਨਹੀਂ ਕਰਦਾ, ਉਹ ਕਰੋੜਾ ਪੱਟੀ ਆ ਤੁਹਾਡਾ ਮੁੰਡਾ, ਉਹ 500 ਦੀ ਕਿਹੜੀ ਗੱਲ ਆ? ਮੇਰੇ ਕੋਲ ਪੈਸੇ ਨਹੀਂ ਹੈਗੇ, ਤੂੰ ਮੈਨੂੰ ਨਾ ਤੰਗ ਕਰ ਸਵੇਰੇ, ਵੇ ਫਰਕ ਪੈਸੇ ਫਰਕ ਅੱਗੇ ਮੈਂ ਕੱਢੇ ਸੰਭੜੀ ਮੁਸ਼ਕਲ ਆ, ਵੇ ਮਰ ਜਾਵੇ ਕਿਤੇ ਚੱਲੇ ਗੱਲ ਤੇ ਦੱਸ। ਉਹ ਬੁੱਢੀ ਨੂੰ ਕਿਉਂ ਲੈ ਕੇ ਦੇਣਾ ਹੈ? ਮੈਂ ਆਪਣੀ ਅੱਖੀ ਵੇਖਿਆ, ਉਹਨੇ ਮੈਨੂੰ ਕਿਹਾ ਦੱਸਣਾ ਨੀ ਕਿਸੇ ਨੂੰ, ਤੁਹਾਨੂੰ ਤੇ ਪਤਾ ਫਿਰ ਬੂਟਾ ਹਰ ਗੱਲ ਦੱਸਦਾ ਤੁਹਾਨੂੰ। ਜਦੋਂ ਤੁਸੀਂ ਬੂਟੇ ਨੂੰ 500 ਦੇ, ਬੂਟੇ ਨੂੰ 500 ਕਿਉਂ ਲੈਣਾ? ਬੂਟੇ ਨੇ ਨਿਕਲ, ਉਹ ਬੂਟੇ ਨੇ ਕਿਉਂ ਲੈਣਾ? ਮੈਨੂੰ ਪਹਿਲੇ ਪੁੱਛ ਸਰਾਲ ਆਇਆ, ਮੁੰਡੇ ਨੂੰ ਬੜਾ ਮਾਰਦਾ, ਪੈਸੇ ਦੇ ਰੇ ਪੈਸੇ ਦੇ ਰੇ, ਮੈਂ ਪਤਾ ਨਹੀਂ ਗੁਜ਼ਾਰੇ ਕਿ ਨਿਕਲ ਹੱਥ ਬੂਟੇ ਚੋਰ, ਪੈਨ ਕਚੋਰੀ ਲਾਲ ਲਗਾ ਸੀ ਦਿਹਾੜੀ, ਐਂਦੀ ਮੈਂ ਬੰਦੋਬਸਤ ਕਰਨੀ ਆ। ਪਰ ਆਪਣੀ ਮੁੰਡਾ ਵੀ ਤਾਂ ਗੰਦਾ ਹੀ ਨਿਕਲਿਆ, ਇਹਨੂੰ KFC ਫੜਨੀ ਅੱਜ ਮੈਂ, ਤੇ ਕਿਹਨੂੰ ਫੜਾਂ? ਮੁਫਤ ਪੈਟਰੋਲ ਵੀ ਬਚਿਆ ਤੇ ਕੰਮ ਵੀ ਹੋ ਜਾ, KFC ਜਾਂਦੀ ਹਾਂ ਹੁਣ। ਇਹ ਕਿਹਨੂੰ ਫੜਾਂ? ਮੁੰਡਾ ਤਾਂ ਹੱਥੋਂ ਨਿਕਲ ਗਿਆ, ਇਹ ਬੂਟੇ ਨੇ ਝੂਠ ਤਾਂ ਨਹੀਂ ਬੋਲਿਆ? ਹਰਾਮ ਸਦਕਿਆ ਕਰਨ ਤੋਂ ਬੂਟਾ ਬਾਜ਼ ਨਹੀਂ ਆਉਂਦਾ। ਹਾਏ ਕੀ ਕਰਾਂ, ਮੇਰਾ ਦਿਲ ਇਹ ਪੁਕਾਰੇ ਆ ਜਾ ਲੈਲਾ ਮੇਲੇ, ਅਸਤਗਫਿਰੁਲਲਾਹ ਅਸਤਗਫਿਰੁਲਲਾਹ ਲੈਲਾ ਮੇਲੇ, ਅਸਤਗਫਿਰੁਲਲਾਹ ਅਸਤਗਫਿਰੁਲਲਾਹ। ਉਹ ਤੇਰੀ ਉਮਰ ਹੈ ਗਾਣੇ ਗਾਉਣ ਦੀ? ਕੀ ਹੋਇਆ? ਆਪਣੀ ਉਮਰ ਵੇਖ, ਹੁਣ ਇਹਨੂੰ ਬਰਦਾਸ਼ਤ ਕਰਨਾ ਪੈਣਾ ਹੈ, ਇਹਦੇ ਕੋ ਕਢਾਣਾ ਹੈ ਕੰਮ। ਕੀ ਹੋਇਆ ਮੇਰੀ ਉਮਰ ਨੂੰ ਪੁੱਤ? ਜਿਹੋ ਜੀ ਤੁਹਾਡੀ ਉਮਰ ਹੈ, ਤੁਹਾਨੂੰ ਚਾਹੀਦਾ ਕਬਰਸਤਾਨ ਜਾ ਕੇ ਕਬਰਾਂ ਦੇ ਡਿਜ਼ਾਈਨ ਵੇਖੋ ਤੁਸੀਂ। ਲੈਲਾ ਮੇਲੇ ਲੰਜ ਕਰਨਾ, ਇੱਕ ਵਾਰੀ ਮਨੁਜ਼ਰਾ ਲੈ ਕੇ ਚੱਲ ਇੱਕ ਜਗ੍ਹਾ ਤੇ। ਕਿੱਥੇ ਜਾਣਾ? ਆਪਣਾ ਮੁੰਡਾ ਨਹੀਂ ਸਾਜਦ? ਆਹੋ ਪਤਾ ਲੱਗਾ ਹੀ ਕੁਛ ਕੀ ਹੈ? ਬੂਟੇ ਨੇ ਤੇਰੇ ਨਾਲ ਗਲਤ ਨਹੀਂ ਕੀਤੀ? ਨਹੀਂ, ਮੇਰੇ ਨਾਲ ਮੇਰਾ ਮੁੰਡਾ ਨਾ ਬੜਾ ਗੰਦਾ ਨਿਕਲ ਆਇਆ। ਕੀ ਹੋਇਆ? ਗਟਰ ਜਿਹੀ ਡਿੱਗ ਪਿਆ ਵਾ? ਓਏ ਹੋਏ ਮੌਲਵੀ, ਹੈਂ ਵਾਕਈ? ਚਲੋ ਫਿਰ ਚੱਲੀਏ। ਇਹ ਤੁਸੀਂ ਨਾ ਇਹ ਗੱਡੀ ਦੀ ਚਾਬੀ ਫੜੋ, ਤੁਸੀਂ ਗੱਡੀ 'ਚ ਬੈਠੋ ਤੇ ਮੈਂ ਇੱਕ ਮਿੰਟ 'ਚ ਆਇਆ, ਜੇ ਮੈਂ ਫੋਨ ਫੜ ਲਵਾਂ ਆਪਣਾ। ਮੌਲਵੀ ਜਲਦੀ ਆ ਜਾ, ਮੈਂ ਬਸ ਫੋਨ ਲੈ ਗਿਆ, ਤੁਸੀਂ ਚਲੋ ਮੈਂ ਆ ਰਿਹਾ। ਸਾਜਦ ਕਿੱਥੇ ਵੇ? ਉਹ ਚਵਲਾ ਜਾਣਦਿਆ ਤੇਰੀ ਮਾਂ ਨੂੰ ਬੂਟੇ ਨੇ ਦੱਸਦਾ ਕਿ ਤੂੰ ਕੁੜੀ ਨਾਲ KFC ਬੈਠਾ, ਤੇ ਉਹ ਮੇਰੇ ਨਾਲ ਗੱਡੀ 'ਚ KFC ਆ ਰਹੀ ਹੋ। ਨਿਕਲ ਨਿਕਲ ਨਿਕਲ, ਫਟਾਫਟ ਨਿਕਲ। ਓਕੇ ਓਕੇ, ਅੱਲਾਹ। ਉਹ ਬੂਟੇ ਨੇ ਕੰਮ ਪਾਤਾ, ਚੱਲ ਮੈਂ ਨਿਕਲ ਰਹੀ। ਪਹਿਲੇ ਉਹਨੂੰ ਤੇ ਮਨਾ ਕਰਦਾ ਫੋਨ ਕਰਕੇ, ਦੱਸੇ ਝੋਣੀ। ਹੈਲੋ, ਹਾਂ ਮੈਨੂੰ ਨਾ ਮਹੱਲੇ 'ਚ ਫੌਤਗੀ ਹੋ ਗਈ ਹੈ, ਹਾਂ ਮੈਂ ਉੱਥੇ ਚੱਲਾਂ, ਕੱਲ੍ਹ ਮਿਲਾਂਗੇ ਅਸੀਂ। ਠੀਕ ਹੈ ਠੀਕ ਹੈ। ਮੌਲਵੀ ਹਰੇ ਕਿੱਥੇ ਰਹਿ ਗਿਆ? ਵੀ ਮਿੰਟ 'ਚ ਖਿਲਾਰ ਗਿਆ ਵੇ ਮੌਲਵੀ, ਆਇਆ ਚੱਲ ਚਲੋ ਚਲੋ ਚਲੋ। ਅੱਜ ਉਹਨੂੰ ਮੈਂ ਛੱਡਣਾ ਨਹੀਂ, ਪੱਕੀ ਗੱਲ ਹੈ ਨਾ? ਪੱਕੀ ਗੱਲ ਹੈ। ਇਹ ਫਿਰ ਕੌਣ ਹੈ ਜੇ ਤੁਹਾਡਾ ਮੁੰਡਾ KFC ਹੈ ਤੇ? ਵੇ ਬੇਰਾ ਗਰਕ, ਐਡਾ ਨੇਕ ਪੁੱਤਰ ਤੁਹਾਡਾ, ਇਹੋ ਜੀ ਨੇਕ ਔਲਾਦ ਦੁਨੀਆ ਤੇ ਹੈ ਹੀ ਕਿਸੇ ਦੀ ਨਹੀਂ, ਤੇ ਤੁਸੀਂ ਕਹਿੰਦੇ ਹੋ ਮੁੰਡਾ ਗੰਦਾ ਨਿਕਲਿਆ, ਤੌਬਾ ਯਾ ਅੱਲਾ। ਮੌਲਵੀ ਇਹ ਸਾਰਾ ਕੰਮ ਜਿਹੜਾ ਨਾ ਬੂਟੇ ਦਾ, ਮੇਰੀ ਔਲਾਦ ਬੜੀ ਫਰਮਾ ਬਰਦਾਰ ਹੈ। ਬੂਟੇ ਨੇ ਕਿਹਾ? ਬੂਟੇ ਨੇ ਕਿਹਾ ਕਿ ਲੋਕਾਂ ਦੇ ਘਰਾਂ 'ਚ ਪੰਗੇ ਪਾਉਂਦਾ, ਅੱਜ ਫਿਰ ਤੁਸੀਂ ਵੇਖੋ ਇਹਦੇ ਨਾਲ ਮੈਂ ਕਿਹੋ ਜਿਹਾ ਪੰਗਾ ਪਾਉਂਦਾ। ਤੁਸੀਂ ਆਪਣੇ ਮੁੰਡੇ ਨੂੰ ਮਿਲੋ ਪਹਿਲੇ, 500 ਰੁਪਇਆ ਵੀ ਮੇਰੇ ਕੋਲ ਲੈ ਗਏ, ਤੁਸੀਂ ਆਪਣੇ ਮੁੰਡੇ ਨੂੰ ਮਿਲੋ, ਇਹਦਾ ਪੰਗਾ ਮੈਂ ਕੱਟ। ਅਸਤਗਫਿਰੁੱਲਾਹ ਅਸਤਗਫਿਰੁੱਲਾਹ ਅਸਤਗਫਿਰੁੱਲਾਹ। ਬਾਜੀ ਦੁਪੱਟਾ ਲੈ ਆ। ਅਸਤਗਫਿਰੁੱਲਾਹ 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 ਅਸਤਗਫਿਰੁੱਲਾਹ। ਅੱਲਾ ਲਾਇਕ ਹੀ ਬੜੀ ਆ ਇਹ ਬੂਟਾ, ਪੁੱਤ ਕੀ ਕਰਨਾ ਪਿਆ ਇੱਥੇ? ਸੁਣੀ ਸੁਣੀ ਸੁਣੀ, ਅੱਲਾਹ ਅਕਬਰ। ਕੀ ਹੋਇਆ ਪੁੱਤਰ? ਹੋਰ ਯਾਰ ਸਾਜਦ, ਕੀ ਹਾਲ ਚਾਲ ਹੈ? ਠੀਕ ਹੈ। ਇਹ ਬੂਟਾ ਕਿੱਥੇ ਮੌਲਵੀ? ਬੂਟੇ ਮੈਨੂੰ ਕਿਹਾ ਕਿ ਤੂੰ ਕਿਸੇ ਕੁੜੀ ਨੂੰ ਟਾਈਮ ਦਿੱਤਾ KFC ਦਾ,
ਪ੍ਰਾਪਰਟੀ ਦਾ ਕੋਈ ਫੋਨ ਆਇਆ ਸੀ, ਉਹ ਜਿਹੜੇ ਸਾਡਾ ਬਨ ਰੋਡ ਤੇ ਪਲਾਟ ਨਹੀਂ ਸੀ, ਉਹ ਜਿਹੜਾ ਵੇਚਣ ਲਾਇਆ ਸੀ ਅੱਬਾ ਜੀ ਨੇ, ਉਹ ਉਹਨਾਂ ਦਾ ਫੋਨ ਆਇਆ ਸੀ ਕੀ ਡਿਮਾਂਡ ਆ ਤੁਹਾਡੀ। ਨਾ ਮੁਰਾਦੋ, ਤੁਹਾਡੇ ਪਿਓ ਨੇ ਮੈਨੂੰ ਬੜਾ ਤੰਗ ਕੀਤਾ, ਖਰਚਾ ਨਹੀਂ ਦਿੰਦਾ ਹੁੰਦਾ, ਪਲਾਟ ਹੀ ਬਿੱਲੇ ਲਾ ਦਵੋ, ਪਲਾਟ ਹੀ ਉਹਦਾ ਬਿੱਲੇ ਲਾਵੋ, ਖਰਚਾ ਨਹੀਂ ਜੇ ਦਿੰਦਾ ਪਿਆ ਅੱਜ ਕੱਲ੍ਹ। ਵੇਚਣਾ ਲਾਇਆ ਮਾਂ ਜੀ ਤੁਹਾਨੂੰ ਵੀ ਦੇਣੇ ਨੇ ਤੇ। ਅੱਛਾ ਬੂਟਾ ਜੀ ਉਹਨੇ ਤੁਹਾਨੂੰ ਕੀ ਕਿਹਾ ਕਿ ਮੈਂ ਕੀ ਕੁੜੀ ਨੂੰ ਮਿਲਣ ਗਿਆ? ਆਹੋ ਉਹਨੇ ਕਿਹਾ ਕਿ ਐਫਸੀ ਕੁੜੀ ਨੂੰ ਬੁਲਾਇਆ। ਅੱਲਾਹ ਮੌਲਵੀ ਸਾਹਿਬ ਆਪ ਬਤਾਏ ਮੈਂ ਸਾ ਹੂੰ। ਨਹੀਂ ਨਹੀਂ ਤੂੰ ਬਹੁਤ ਨੇਕ ਹੈ, ਤੇਰੇ ਵਰਗਾ ਨੇਕ ਦੁਨੀਆ ਤੇ ਕੋਈ ਨਹੀਂ। ਮੈਂ ਕਿਹਾ ਤੇਰੀ ਮਾਂ ਨੂੰ ਇਹੋ ਜੀ ਨੇਕ ਔਲਾਦ ਦੁਨੀਆ। ਮੇਰੀ ਔਲਾਦ ਕਦੀ ਮੇਰੀ ਅੱਖਾਂ 'ਚ ਮਿਰਚਾਂ ਨਹੀਂ ਪਾਉਂਦੀ, ਇਹ ਬੂਟੇ ਦਾ ਹੀ ਬੇਰਾ ਕਰਕੇ ਰੋਜ਼ਾਨਾ ਪੰਗਾ ਫੈਮਲੀ 'ਚ ਪੰਗਾ ਖੜਾ ਕਰ ਦਿੰਦਾ। ਚਲੋ ਅੱਜ ਫਿਰ ਜ਼ਰਾ ਇਹਨੂੰ ਪੁੱਛੋ। ਕੱਢਨੇ ਆ ਸਾਰੇ ਆਈਓ। ਅੱਲਾਹੁ ਅਕਬਰ ਅੱਲਾਹ। ਉਹ ਕੀ ਕਰਾਂ, ਉਹ ਅੱਜ ਮੈਡਮ ਕੋ 500 ਕਢਾਇਆ ਸੀ, ਉਹਨੇ ਫੇਰ ਖੋਲਿਆ। ਉਹ ਤੂੰ ਟੈਨਸ਼ਨ ਨਾ ਲਾ, ਉਹ ਮੈਂ ਤੈਨੂੰ ਕਹਿ ਰਿਹਾ ਨਾ ਘਿਓ ਲੈ ਆਵਾਂਗਾ, ਅੱਜ ਮੈਂ ਕੋਈ ਹੋਰ ਜੁਗਾੜ ਲਾਣਾ। ਤੇ ਰਾਤ ਰਾਤ ਤੇਰਾ ਤੇ ਘਿਓ ਸੀ ਗੱਡੀਏ, ਕੀ ਕਹਿੰਦੇ ਸਾਜਦ ਕੁੜੀ ਨਾ ਬੈਠਾ ਉਹ ਬੈਠਾ ਕਿਹੜੀ ਉਹ ਮੈਂ ਬੈਠਾ ਪੰਗਾ ਕਰਨੀ ਪੰਗਾ ਆ ਗਿਆ। ਉਏ ਜਿਹੜੀ ਪੱਕ ਬੂਟੇ ਨੂੰ ਪੈ ਰਹੀ ਹੈ ਮੈਨੂੰ ਪੈ ਜਾਣੀ, ਟੋਬੀ ਨੇ ਤੱਕੀ ਨੇ ਬਚਾ ਲਈ ਤੇ ਮੋਲਵੀ ਨੇ ਬਚਾ ਲਈ, ਹੁਣ ਮਿਲਣ ਜਾਂਦੇ ਕੁੜੀ ਨੂੰ, ਇਹ ਪਈ ਹੈ ਮੇਰੀ ਸ਼ਰਾਫਤ।